मेरा पोतन जाए जी ते पहले भी परते निशान थे पहले परते है गए आ हां तो आया वा करे आए इन्नी गाली गई आ कि निशान किथे आ गए आ कहियो रे कदों आंदा इथे आ कहियो मतलब उठे रहंदा है के जी ते इदा करदा करदा ही उन्होंने घरों फोन लवाया तो निशान ने कहा था कि इतने हाँ मैं तो उत्थे चले गया तो मिलदे उन्होंने चुप कुछ दिन पहला मोहाली दे विच सरकारी बिल्डिंग ते एक रैकेट राही हमला हुंदा है जिस तो बाद पूरे पंजाब दे विच पुलिस वल्लों हाई अलर्ट जारी कर दिता गया है ते लगातार थां थां ते छापेमारी की जा रही है जिस दे तहत पुलिस दे हाथ एक वड्डी सफलता लगी है। पुलिस ने जिला तरन तारण के पिंड कुल्ला तो निशान सिंह नाम के एक व्यक्ति को गिरफ्तार किया है जिसकी गिरफ्तारी फरीदकोट सी आई स्टाफ वालों अमृतसर तो की गई है। निशान सिंह के खिलाफ इस तो पहला भी पाकिस्तानी समगलरों नाल संबंध होने के तहत मामला दर्ज किया गया है तो इस मामले तहत वह जेल के विच सज़ा भी कट के आया है। निशान सिंह की गिरफ्तारी को लेकर उसके परिवारक मैंबर का की कहना है आओ तुहानू भी सुनाने। मेरा पोतन जाए जी ਤੇ ਪਹਿਲੇ ਵੀ ਪਰਚੇ ਨਿਸ਼ਾਨ ਤੇ ਪਹਿਲੇ ਪਰਚੇ ਹੈਗੇ ਆ ਹੁਣ ਜ਼ਬਾਨ ਤੇ ਆਇਆ ਵਾ ਕੋਈ ਵੀ ਚ ਬਰੀ ਹੋ ਗਿਆ ਵਾ ਤੇ ਕੋਈ ਜ਼ਬਾਨ ਤੇ ਆ ਕਿੰਨੀ ਦੇਰ ਹੋ ਗਈ ਜ਼ਮਾਨਤ ਰਿਹਾ ਹੈ ਜ਼ਬਾਨ ਤੇ ਆਏ ਨੂੰ ਇਹਨੂੰ ਹੋ ਗਏ ਡੇਢ ਮਹੀਨਾ ਹਾਂ ਤੇ ਕਿਤੇ ਗਿਆ ਹੀ ਬਾਰ ਬੂ ਮਿਲਣ ਕਿਸੇ ਨੂੰ ਜਾਂ ਕਿਦਾਂ ਨਹੀਂ ਕਿਤੇ ਨਹੀਂ ਗਿਆ ਹੁਣ ਤੋਂ ਆਪਦੇ ਘਰੇ ਹੀ ਰਹਿੰਦਾ ਵਾ ਕਿਤੇ ਨਹੀਂ ਜਾਂਦਾ ਹਾਂ ਇਹ ਨਜਾਇਜ਼ ਹੀ ਕਰਨ ਡਏ ਜੋ ਨਜਾਇਜ਼ ਹੀ ਮੇਰੇ ਪੁੱਤ ਨਾ ਹਾਂ ਕੀ ਮੰਗ ਕਰਦੇ ਮੰਗ ਰਹੀ ਇਹੋ ਆਨੇ ਪੀ ਚਲੇ ਜੋ ਸਾਡੇ ਪੁੱਤ ਨੂੰ ਘਰ ਲਿਆ ਦੇਣ ਮੇਰਾ ਬੇਟਾ ਜੀ ਤੇ ਕੀ ਗੱਲ ਹੋਈ ਸੀ ਜਦੋਂ ਨਿਸ਼ਾਨ ਨੂੰ ਚੁੱਕ ਲੈ ਗਏ ਨਿਸ਼ਾਨ ਨੂੰ ਗੱਲ ਇਹ ਹੋਈ ਆ ਵੀ ਆਂਦੇ ਆ ਵੀ ਨਕਵਾਰੀ ਕਰਨੀ ਅਸੀਂ ਤੇ ਨਾ ਵੀ ਪੁੱਛਣਾ ਵੀ ਚਾਲ ਚੱਲਣ ਕੀ ਇਹਨਾਂ ਦੀ ਤੇ ਅਸੀਂ ਇਹ ਆਏ ਤੇ ਮੁਰਗੇ ਉੱਥੇ ਹੀ ਗਏ ਨੇ ਫੋਨ ਕਰਨ ਦਿਆ ਉਹਨਾਂ ਨੂੰ ਵੀ ਭਾਈ ਦੱਸੋ ਕੀ ਗੱਲ ਆ ਤੇ ਤੁਸੀਂ ਵੀ ਕੀ ਚੱਕਰਿਆ ਦੱਸੋ ਮੈਨੂੰ ਨਕਵਾਰੀ ਕਰਨ ਤਾਂ ਮੈਂ ਇੱਥੇ ਹਾਂ ਮੈਂ ਕਿਹੜਾ ਵੀ ਗਿਆ ਕਰੇ ਉਦੋਂ ਇਹਨਾਂ ਮੁੜ ਕੇ ਉੱਥੋਂ ਜੱਫਾ ਭਾ ਲਿਆ ਤੇ ਮੈਨੂੰ ਆਂਦੇ ਬਾਪੂ ਗੱਲ ਦਾ ਕੋਈ ਗੱਲ ਨਹੀਂ ਗੀ ਇਹ ਕੋਈ ਫਿਕਰ ਨਹੀਂ ਕਰਨ ਦੀ ਲੋੜ ਧੱਕਾ ਨਹੀਂ ਕਰਦੇ ਤੇ ਮੁੜ ਕੇ ਉਹਨੂੰ ਲੈ ਗਏ ਆ ਕਹਿੰਦੇ ਵੀ ਤੁਸੀਂ ਉੱਥੇ ਆ ਜਾਓ ਫਰੀਦਕੋਟ ਨੰਬਰ ਵੀ ਦੇ ਗਏ ਆ ਨੰਬਰ ਦਿੱਤਾ ਸੀ ਲਾਇਆ ਫਿਰ ਮੈਂ ਉੱਥੋਂ ਵੀ ਕੱਲ੍ਹ ਤਕਾਲੀ ਆਇਆ ਸੀ ਫਿਰ ਤੇ ਮੈਨੂੰ ਕਹਿੰਦੇ ਵੀ ਸਵੇਰੇ ਆਇਓ 11 ਵਜੇ ਤੇ ਕੀ ਗੱਲ ਕੀ ਹੋਈ ਪਹਿਲਾਂ ਨਿਸ਼ਾਨ ਤੇ ਪਰਚੇ ਦਰਜ ਹੈਗੇ ਪਹਿਲਾਂ ਹਾਂਜੀ ਪਰਚੇ ਹੈਗੇ ਦਰਜ ਤੇ ਉਹ ਜਮਾਨਤ ਤੇ ਜਬਾਨ ਤੇ ਆਏ ਕਦੋਂ ਆਏ ਜਮਾਨਤ ਦੇ ਬਾਅਦ ਜਬਾਨ ਤੇ ਹੋ ਗਿਆ ਆਪਣੇ ਤੇ ਕੋਈ ਗੱਲਬਾਤ ਜਾਂ ਨਿਸ਼ਾਨ ਇਹਨਾਂ ਨੇ ਕੀਤੀ ਹੋਵੇ ਪਰਿਵਾਰ ਦੇ ਤੌਰ ਤੇ ਕਦੀ ਕੋਈ ਨਹੀਂ ਨਹੀਂ ਗੱਲ ਹਰਨਾ ਉਸ ਜੇਲ੍ਹ 'ਚ ਉਹਨੇ ਕੀ ਕਰਨੀ ਮੁੜ ਕੇ ਜੀ ਨਹੀਂ ਜਦੋਂ ਮੁਲਾਕਾਤ ਪੈਂਦੀ ਗੱਲ ਹਾਂਜੀ ਮੁਲਾਕਾਤ ਚਲੋ ਇਹੋ ਕਰਦਾ ਹੀ ਹੋਰ ਨਹੀਂ ਗੱਲ ਕੋਈ ਉਹਨੇ ਕੀਤੀ ਕੋਈ ਇਹੋ ਜਿਹੇ ਚੱਕਰ ਨਹੀਂ ਆ ਤੇ ਕਿਉਂ ਸਾਨੂੰ ਆਇਆ ਜੋ ਤੇ ਜਦੋਂ ਘਰੇ ਆਇਆ ਸੀ ਉਸ ਤੋਂ ਬਾਅਦ ਕਿਤੇ ਗਿਆ ਬਾਹਰ ਕਿਤੇ ਨਹੀਂ ਗਿਆ ਜੀ ਬਾਹਰ ਅੱਛਾ ਕਿੰਨੇ ਬੱਚੇ ਨਿਸ਼ਾਨ ਦੇ ਇੱਕ ਜੀ ਇੱਕ ਲੜਕੀ ਆ ਕਿੰਨੇ ਸਾਲ ਦੀ 2.5 ਸਾਲਾਂ ਦੀ ਹੋਣੀ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਹੁਣ ਇਹੋ ਕਰਦੇ ਵੀ ਧੱਕਾ ਹੀ ਹੋਣ ਦਿਆ ਹਨ ਜੀ ਮੇਰਾ ਆਪਦਾ ਲੜਕਾ ਹੀ ਆ ਚਾਚੀ ਉਹਦੀ ਨੂੰ ਤੇ ਕੀ ਘਟਨਾ ਹੋਈ ਸੀ ਕੀ ਗੱਲ ਹੋਈ ਸੀ ਕਰਨਾ ਇਹੋ ਹੀ ਹੋਈ ਆ ਤੇ ਉਹ ਮੁੰਡੇ ਨੂੰ ਮਿਲਣ ਗਿਆ ਸੀ ਸ਼ਹਿਰ ਅੱਛਾ ਤੇ ਉੱਥੋਂ ਚੁੱਕਿਆ ਗਿਆ ਨਿਸ਼ਾਨ ਸਿੰਘ ਤੇ ਪਹਿਲਾਂ ਪਰਚੇ ਕੋਈ ਦਰਜ ਹੈ ਨਹੀਂ ਉਹ ਹੈਗੇ ਸੀ ਜੋ ਕੁਛ ਉਹਨਾਂ ਤੁਹਾਨੂੰ ਦੱਸਿਆ ਸੀ ਮੁੰਡੇ ਨੇ ਉਹ ਕੁਛ ਹੀ ਆ ਤੇ ਕੀ ਗੱਲ ਹੋਈ ਸੀ ਗੱਲ ਵੀਰ ਜੀ ਇੱਦਾਂ ਹੀ ਪਤਾ ਨਹੀਂ ਕੱਲ੍ਹ ਆਏ ਪੁਲਿਸ ਵਾਲੇ ਆਏ ਇੱਥੇ ਘਰੇ 4-5 ਜਣੇ ਦੇ ਕਹਿੰਦੇ ਕਿ ਇਨਕੁਆਇਰੀ ਕਰਨੀ ਆ ਅਤੇ ਇਨਕੁਆਇਰੀ ਕਰਨ ਦੇ ਚੱਕਰ 'ਚ ਉਹਨਾਂ ਨੇ ਡੈਡੀ ਨੂੰ ਫੋਨ ਲਾਇਆ ਅਤੇ ਜੇ ਮੰਨ ਲਓ ਵੀਰ ਜੀ ਕੋਈ ਇਹੋ ਜਿਹੀ ਦਿਲ 'ਚ ਗੱਲ ਹੋਵੇ ਬੰਦੇ ਦੀ ਮੈਂ ਆਹ ਕੰਮ ਕੀਤਾ ਏ ਅਤੇ ਬੰਦਾ ਥੋੜ੍ਹੀ ਕਹੂਗਾ ਮੈਂ ਖੁਦ ਹੱਥ ਆਵਾਂਗੇ ਨਹੀਂ ਅਤੇ ਉਹਨਾਂ ਨੇ ਤਾਂ ਚਾਂ ਚੱਕ ਕੇ ਕਹਿ ਤਾ ਕਿ ਅਸੀਂ ਇੱਥੇ ਹਾਂ ਅਤੇ ਕੋਈ ਨਹੀਂ ਮਿਲ ਲੈਂਦੇ ਹਾਂ ਤੁਹਾਨੂੰ ਇੱਦਾਂ ਮਿਲਣ ਦੇ ਚੱਕਰ 'ਚ ਉਹ ਇਹਨਾਂ ਨੂੰ ਚੁੱਕ ਕੇ ਲੈ ਗਏ ਬਸ ਉਹ ਗੱਲਬਾਤ ਨਹੀਂ ਕੀਤੀ ਉੱਥੇ ਨਾ ਨਾ ਜੀ ਕੋਈ ਗੱਲ ਨਹੀਂ ਕਹਿੰਦੇ ਉਹ ਕਹਿੰਦੇ ਕਿ ਬਸ ਕੋਈ ਨਹੀਂ ਇਨਕੁਆਇਰੀ ਕਿੱਥੋਂ ਆ ਜੀ ਪੁਲਿਸ ਪੁਲਿਸ ਆਈ ਫਰੀਦਕੋਟ ਤੋਂ ਜੀ ਪਹਿਲਾਂ ਇੱਥੇ ਪਰਚੇ ਦਰਜ ਨਿਸ਼ਾਨ ਤੇ ਪਹਿਲਾਂ ਜੀ ਹਾਂਜੀ ਬਾਹਰ ਆਇਆ ਮਤਲਬ ਕਿ ਹਾਂਜੀ 3 ਸਾਲਾਂ ਬਾਅਦ ਆਇਆ ਵੀ ਬਾਹਰ ਮਖਾਂ ਤੇ ਜਿਹੜਾ ਬਲਾਸਟ ਮਾ ਹੋਇਆ ਮੋਹਾਲੀ ਦੇ ਵਿੱਚ ਜਿਹੜਾ ਇਲਜ਼ਾਮ ਲੱਗਣ ਦਿਆ ਉਹ ਕੀ ਮਤਲਬ ਉਹਦਾ ਜੀ ਬਸ ਸਰ ਪਤਾ ਹੀ ਨਹੀਂ ਇਹ ਗੱਲ ਦਾ ਤੇ ਉਹਦਾ ਤੇ ਬਸ ਇੰਨਾ ਹੀ ਆ ਘਰੇ ਆਏ ਇੰਨੀ ਗੱਲ ਹੀ ਕਹੀ ਆ ਵੀ ਨਿਸ਼ਾਨ ਕਿੱਥੇ ਆ ਤੇ ਆਇਆ ਕਿਹਾ ਜੀ ਉਹਦੇ ਕਦੋਂ ਆਉਂਦਾ ਇੱਥੇ ਆਇਆ ਕਿਹਾ ਜੀ ਉਹ ਮਤਲਬ ਉੱਥੇ ਹੀ ਰਹਿੰਦਾ ਹੈ ਕਿ ਜੀ ਤੇ ਇੱਦਾਂ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਘਰੋਂ ਫੋਨ ਲਵਾਇਆ ਤੇ ਨਿਸ਼ਾਨ ਨੇ ਕਿਹਾ ਤਾ ਕਿ ਇੱਥੇ ਹਾਂ ਮੈਂ ਤੇ ਉੱਥੇ ਚਲੇ ਗਿਆ ਤੇ ਮਿਲਦਿਆਂ ਉਹਨਾਂ ਨੂੰ ਚੁੱਕ ਕੇ ਲੈ ਗਏ ਬਸ ਨਿਸ਼ਾਨ ਸਿੰਘ ਕੀ ਲੱਗਦਾ ਤੇਰਾ ਤੇ ਕੀ ਇਸ ਤਰ੍ਹਾਂ ਹੀ ਤੇ ਗਵਾਂਡ ਮੱਥਾ ਹੀ ਆ ਜੀ ਅੱਛਾ ਜੀ ਹਾਂਜੀ ਤੇ ਕੀ ਗੱਲਬਾਤ ਹੋਈ ਸੀ ਉਦੋਂ ਭਈ ਕੱਲ੍ਹ ਦੀ ਗੱਲ ਹਾਂ ਕੱਲ੍ਹ ਦਾ ਪਤਾ ਨਹੀਂ
ਪਤਾ ਨਹੀਂ ਮੈਨੂੰ ਕੱਲ ਦਾ ਜਾਣੀ ਕਿ ਇਹ ਗੱਲ ਦਾ ਨਹੀਂ ਪਤਾ ਵੀ ਕੀ ਚੱਕਰ ਬਣਿਆ ਕਿਹੜੀ ਚੱਕਰ 'ਚ ਪੁਲਿਸ ਨੇ ਖੜਿਆ ਜਾਣੀ ਕਿ ਬਾਅਦ 'ਚ ਹੁਣ ਪਰਚਾ ਜਾਣੀ ਕਿ ਜਿਹਨੇ ਦਰਦ ਕੀਤਾ ਨਾ ਹੁਣ ਖਬਰ ਸੁਣ ਤਾਂ ਫਿਰ ਪਤਾ ਲੱਗਾ ਸਾਨੂੰ ਕਿ ਇਸ ਚੱਕਰ 'ਚ ਖੜਿਆ ਪਹਿਲਾਂ ਕਹਿੰਦੇ ਸੀ ਇਨਕੁਆਇਰੀ ਕਰਨੀ ਪਹਿਲਾਂ ਪਰਚੇ ਦਰਜ ਉੱਥੇ ਪਹਿਲਾਂ ਪਰਚੇ ਹੈ ਕਿੰਨੇ ਕੁ ਪਰਚੇ ਇਹਨਾਂ ਪਰਚਿਆਂ ਦਾ ਜਾਣੀ ਕਿ ਪੱਕਾ ਮੈਨੂੰ ਵੀ ਪਰੂਫ ਨਹੀਂ ਕਿੰਨੇ ਹੋਣ ਜਾਣੀ ਕਿ ਇੰਨਾ ਕੁ ਹੈ ਕਿ ਜਾਣੀ ਕਿ ਕੁਛ 14-15 ਦੇ ਨਜ਼ਦੀਕ ਤਾਂ ਹੋਣਗੇ ਹੀ ਤੇ ਨਿਸ਼ਾਨ ਸਿੰਘ ਨੂੰ ਕਿੱਥੋਂ ਲੈ ਗਈ ਪੁਲਿਸ ਫੜ ਗਏ ਸਰ ਜੀ ਹਸਪੀਟਲ ਤੋਂ ਅੰਮ੍ਰਿਤਸਰ ਸ਼ਹਿਰ ਉੱਥੇ ਕੀ ਕਰਨ ਗਿਆ ਉੱਥੇ ਵੀਰ ਦਾਖਲ ਆਈ ਨਿਸ਼ਾਨ ਸਿੰਘ ਦਾ ਭਰਾ ਹਾਂਜੀ ਉਹ ਵੀਰ ਦਾਖਲ ਉਹਦਾ ਆਪਰੇਸ਼ਨ ਹੋਇਆ ਵਾ ਪੇਟ ਦਾ ਉੱਥੇ ਜਾਣੀ ਕਿ ਗਏ ਰੋਟੀ ਰੋਟੀ ਲੈ ਕੇ ਤਾਂ ਉੱਥੋਂ ਫੜਨ ਨੂੰ ਨਹੀਂ ਗਏ ਅਸੀਂ ਜਾਣੀ ਕਿ ਇਹ ਖੁਦ ਕਹਿੰਦੇ ਸੀ ਕਿ ਚੱਲ ਮੈਂ ਮੱਥੇ ਲੱਗਦਾ ਇਨਕੁਆਇਰੀ ਦੇ ਚੱਕਰ 'ਚ ਆਏ ਤੇ ਡੈਡੀ ਨੇ ਫੋਨ ਕਰਕੇ ਕਿਹਾ ਕਿ ਜਾਣੀ ਕਿ ਇਨਕੁਆਇਰੀ ਵਾਲੇ ਆਏ ਆ ਕਿ ਜਾਣੀ ਕਿ ਇਨਕੁਆਇਰੀ ਪਾਉਣੀ ਉਹਨਾਂ ਨੇ ਤੇ ਇਸ ਚੱਕਰ 'ਚ ਜਾਣੀ ਕਿ ਇਨਕੁਆਇਰੀ ਦੇ ਚੱਕਰ 'ਚ ਉਹਦੇ ਵੀਰ ਹੋਣੀ ਕਹਿੰਦੇ ਕਿਤੇ ਗੱਲ ਜਿੰਨੀ ਕੁ ਮੈਨੂੰ ਪਤਾ ਵਾ ਉਹ ਕਹਿੰਦੇ ਸੀ ਕਿ ਜਾਣੀ ਕਿ ਚੱਲ ਮੈਂ ਮੱਥੇ ਲੱਗਦਾ ਵਾਂ ਜਾਣੀ ਕਿ ਪਰਚਾਂ ਪੁਰਚਾਂ ਦਾ ਬਰੀ ਬੁਰੀ ਦਾ ਪੁੱਛਦਾ ਜਾ ਕੇ ਕੀ ਹਿਸਾਬ ਕਿਤਾਬ ਇਸੇ ਚੱਕਰ 'ਚ ਫਿਰ ਉਹਨਾਂ ਨੇ ਜਾਣੀ ਕਿ ਉਭਾ ਲਿਆ ਗੱਡੀ 'ਚ ਫਿਰ ਲਾਈ ਨਿਸ਼ਾਨ ਸਿੰਘ ਵਿਆਹ ਹਾਂਜੀ ਵਿਆਹ ਜੀ ਕਿ ਬੱਚੇ ਕਿੰਨੇ ਬੱਚੇ ਇੱਕ ਗੁੱਡੀਆ ਜੀ ਅੱਛਾ ਹਾਂਜੀ ਤੇ 2 ਸਾਲ ਜਮਾਨਤ 'ਤੇ ਬਾਹਰ ਆਇਆ ਸੀ ਹਾਂਜੀ ਜਮਾਨਤਾਂ ਦੇ ਆਇਆ ਬਾਹਰ ਜੀ ਮੋਹਾਲੀ ਹਮਲੇ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਨਿਸ਼ਾਨ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੀ ਪੁੱਛਗਿੱਛ ਤੋਂ ਬਾਅਦ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਪੁੱਤ ਜਾਏ ਜੀ ਤੇ ਪਹਿਲੇ ਵੀ ਪਰਚੇ ਨਿਸ਼ਾਨ ਤੇ ਪਹਿਲੇ ਪਰਚੇ ਹੈਗੇ ਆ ਹੁਣ ਜਮਾਨਤ ਤੇ ਆਇਆ ਵਾ ਘਰੇ ਆਏ ਇੰਨੀ ਗੱਲ ਹੀ ਗਈ ਆ ਵੀ ਨਿਸ਼ਾਨ ਕਿੱਥੇ ਜਾ ਰਹੇ ਆ ਕਿਹਾ ਜੀ ਉਹ ਕਦੋਂ ਆਉਂਦਾ ਇੱਥੇ ਐਂ ਕਿਹਾ ਜੀ ਉਹ ਮਤਲਬ ਉੱਥੇ ਹੀ ਰਹਿੰਦਾ ਹੈ ਕਿ ਅਤੇ ਇੱਦਾਂ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਘਰੋਂ ਫੋਨ ਲਵਾਇਆ ਅਤੇ ਨਿਸ਼ਾਨ ਨੇ ਕਿਹਾ ਤਾ ਕਿ ਇੱਥੇ ਹਾਂ ਮੈਂ ਅਤੇ ਉੱਥੇ ਚਲੇ ਗਏ ਆ ਅਤੇ ਮਿਲਦਿਆਂ ਉਹਨਾਂ ਨੂੰ ਚੁੱਕ ਲਿਆ ਬਸ ਜੇ ਮੰਨ ਲਓ ਵੀਰ ਜੀ ਕੋਈ ਇਹੋ ਜਿਹੀ ਦਿਲ 'ਚ ਗੱਲ ਹੋਵੇ ਬੰਦੇ ਦੀ ਮੈਂ ਆਹ ਕੰਮ ਕੀਤਾ ਹੈ ਅਤੇ ਬੰਦਾ ਥੋੜ੍ਹੀ ਕਹੂਗਾ ਮੈਂ ਉਹਦਾ ਹੱਥ ਆਵਾਂਗੇ ਨਹੀਂ ਅਤੇ ਉਹਨਾਂ ਨੇ ਤਾਂ ਚਾਂ ਚਾਂ ਕੇ ਕਹਿ ਤਾ ਕਿ ਅਸੀਂ ਇੱਥੇ ਹਾਂ ਅਤੇ ਕੋਈ ਨਹੀਂ ਮਿਲ ਲੈਂਦੇ ਹਾਂ ਤੁਹਾਨੂੰ ਕੀ ਚੱਕਰ ਆ ਦੱਸੋ ਮੈਨੂੰ ਨਿਕਾਰੀ ਕਹਿੰਦਾ ਮੈਂ ਇੱਥੇ ਹਾਂ ਮੈਂ ਕਿਹੜਾ ਵੀ ਗਿਆ ਕਿਤੇ ਉਦੋਂ ਇਹਨਾਂ ਮੁੜਕੇ ਉੱਥੇ ਜੱਪਾ ਭਾ ਲਿਆ ਅਤੇ ਮੈਨੂੰ ਕਹਿੰਦੇ ਬਾਪੂ ਗੱਲ ਕੋਈ ਗੱਲ ਨਹੀਂ ਗੀ ਜੇ ਕੋਈ ਫਿਕਰ ਨਹੀਂ ਕਰਨ ਦੀ ਲੋੜ ਧੱਕਾ ਨਹੀਂ ਕਰਦੇ